ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਦੋਸਤੋ। ਆਓ ਅੱਜ ਲਿਬਨਾਨ ਦੇ ਜੰਪਲ ਔਰ ਸੰਸਾਰ ਦੇ ਮਹਾਨ ਪ੍ਰਸਿੱਧ ਸਾਹਿਤਕਾਰ, ਕਹਾਣੀਕਾਰ ਅਤੇ ਦਾਰਸ਼ਨਿਕ ਖਲੀਲ ਜਿਬਰਾਨ ਦੀ ਇੱਕ ਛੋਟੀ ਜਿਹੀ ਕਹਾਣੀ, ਜਿਸ ਦਾ ਪੰਜਾਬੀ 'ਚ ਨਾਮ ਹੈ ਪ੍ਰੇਮ ਗੀਤ, ਉਹ ਅਨੁਵਾਦ ਪੜ੍ਹਦੇ ਹਾਂ। ਇੱਕ ਦਫ਼ਾ ਇੱਕ ਸ਼ਾਇਰ ਨੇ ਮੁਹੱਬਤ ਦਾ ਇੱਕ ਗੀਤ ਲਿਖਿਆ, ਬੜਾ ਹੀ ਪਿਆਰਾ ਗੀਤ। ਉਸਨੇ ਇਸ ਗੀਤ ਦੇ ਬਹੁਤ ਸਾਰੇ ਨੁਸਖੇ ਤਿਆਰ ਕਰਾਏ ਅਤੇ ਉਹਨਾਂ ਨੂੰ ਆਪਣੇ ਦੋਸਤਾਂ ਅਤੇ ਆਪਣੀ ਜਾਣ ਪਹਿਚਾਣ ਵਾਲਿਆਂ ਨੂੰ, ਮਰਦਾਂ ਨੂੰ ਅਤੇ ਔਰਤਾਂ ਨੂੰ ਭਿਜਵਾਇਆ ਅਤੇ ਉਸ ਜਵਾਨ ਕੁੜੀ ਨੂੰ ਵੀ ਭੇਜਿਆ ਜਿਸ ਨੂੰ ਅੱਜ ਤੱਕ ਉਹ ਸਿਰਫ ਇੱਕ ਹੀ ਵਾਰ ਮਿਲਿਆ ਸੀ, ਜੋ ਉੱਚੇ ਪਹਾੜਾਂ ਦੇ ਦੂਜੇ ਪਾਸੇ ਰਹਿੰਦੀ ਸੀ। ਇਸ ਦੇ ਕੁਝ ਦਿਨ ਬਾਅਦ ਉਸ ਜਵਾਨ ਕੁੜੀ ਦਾ ਕਾਸਿਦ ਉਸਦਾ ਖਤ ਲੈ ਕੇ ਸ਼ਾਇਰ ਕੋਲ ਆਇਆ। ਖਤ ਵਿੱਚ ਉਸਨੇ ਲਿਖਿਆ ਸੀ, ਮੈਂ ਤੈਨੂੰ ਭਰੋਸਾ ਦਿਵਾਉਂਦੀ ਹਾਂ, ਮੁਹੱਬਤ ਦੇ ਇਸ ਗੀਤ ਨੇ ਜੋ ਤੂੰ ਮੈਨੂੰ ਲਿਖ ਕੇ ਭੇਜਿਆ ਹੈ ਮੈਨੂੰ ਬੇਹੱਦ ਮੁਤਾਸਿਰ ਕੀਤਾ ਹੈ। ਤੁਸੀਂ ਹੁਣ ਮੇਰੇ ਇੱਥੇ ਆਓ, ਇੱਕ ਵਾਰ ਮੇਰੇ ਮਾਂ ਬਾਪ ਨੂੰ ਮਿਲੋ ਅਤੇ ਫਿਰ ਅਸੀਂ ਯਕੀਨਨ ਆਪਣੇ ਰਿਸ਼ਤੇ ਦੀ ਗੱਲਬਾਤ ਪੱਕੀ ਕਰ ਲੈਣ ਦੀ ਕੋਈ ਨਹੀਂ ਕੋਈ ਸੂਰਤ ਪੈਦਾ ਕਰ ਹੀ ਲਵਾਂਗੇ। ਸ਼ਾਇਰ ਨੇ ਇਸ ਖਤ ਦਾ ਜਵਾਬ ਉਸਨੂੰ ਇਸ ਤਰ੍ਹਾਂ ਲਿਖ ਭੇਜਿਆ, ਖਾਤੂਨ ਇਹ ਤਾਂ ਸਿਰਫ ਮੁਹੱਬਤ ਦਾ ਇੱਕ ਗੀਤ ਸੀ, ਸ਼ਾਇਰ ਦੇ ਦਿਲ ਦੀ ਨਿਕਲੀ ਹੋਈ ਗੱਲ, ਉਹ ਗੀਤ ਜੋ ਹਰ ਮਰਦ ਔਰਤ ਲਈ ਗਾਉਂਦਾ ਹੈ। ਇਸ ਦੇ ਜਵਾਬ ਵਿੱਚ ਉਸ ਦੋਸ਼ੀਜਾ ਨੇ ਲਿਖਿਆ, ਮੱਕਾਰ ਪ੍ਰੇਬੀ, ਅੱਜ ਤੋਂ ਆਪਣੀ ਮੌਤ ਦੇ ਦਿਨ ਤੱਕ ਜਦੋਂ ਤੱਕ ਮੈਂ ਜਿੰਦਾ ਹਾਂ ਸਿਰਫ ਤੇਰੀ ਵਜ੍ਹਾ ਨਾਲ ਕਿਸੇ ਸ਼ਾਇਰ ਨੂੰ ਮੂੰਹ ਨਹੀਂ ਲਗਾਵਾਂਗੀ, ਮੈਂ ਸ਼ਾਇਰਾਂ ਨਾਲ ਹਮੇਸ਼ਾ ਹੀ ਨਫ਼ਰਤ ਕਰਦੀ ਰਹਾਂਗੀ। ਸੋ ਇਹ ਛੋਟੀ ਜਿਹੀ ਕਹਾਣੀ ਸੀ ਔਰ ਇੱਕ ਹੋਰ ਉਹਨਾਂ ਦੀ ਮਿੰਨੀ ਕਹਾਣੀ ਜਿਸਦਾ ਨਾਮ ਹੈ ਰੱਬ, ਆਓ ਉਹ ਵੀ ਸੁਣ ਲੈਂਦੇ ਹਾਂ ਕਿਉਂਕਿ ਵੀਡੀਓ ਥੋੜ੍ਹੀ ਲੰਬੀ ਹੋ ਜਾਊਗੀ ਅਤੇ ਅਜੇ 2 ਮਿੰਟ ਹੀ ਹੋਏ, ਕਿਉਂਕਿ ਇਹ ਕਹਾਣੀ ਬਹੁਤ ਛੋਟੀ ਸੀ। ਮੈਂ 2 ਕਹਾਣੀਆਂ ਛੋਟੀਆਂ ਛੋਟੀਆਂ ਖਲੀਲ ਜਿਬਰਾਨ ਦੀਆਂ ਤੁਹਾਡੇ ਨਾਲ ਹੋਰ ਸਾਂਝੀਆਂ ਕਰ ਦਿੰਦਾ। ਰੱਬ ਕਹਾਣੀ ਦਾ ਨਾਮ ਹੈ। ਪ੍ਰਾਚੀਨ ਕਾਲ ਵਿੱਚ ਜਦੋਂ ਮੇਰੇ ਹੋਠ ਪਹਿਲੀ ਵਾਰ ਬਾਣੀ ਉਚਾਰਨ ਲਈ ਹਿੱਲੇ ਤਾਂ ਮੈਂ ਪਵਿੱਤਰ ਪਹਾੜ ਤੇ ਚੜ੍ਹ ਗਿਆ ਤੇ ਰੱਬ ਨੂੰ ਕਿਹਾ, ਸਵਾਮੀ ਮੈਂ ਤੇਰਾ ਦਾਸ ਹਾਂ, ਤੁਹਾਡੀ ਗੁਪਤ ਇੱਛਾ ਮੇਰੇ ਲਈ ਕਾਨੂੰਨ ਹੈ, ਮੈਂ ਹਮੇਸ਼ਾ ਤੁਹਾਡੀ ਆਗਿਆ ਦਾ ਪਾਲਣ ਕਰਾਂਗਾ। ਲੇਕਿਨ ਰੱਬ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਉਹ ਜ਼ਬਰਦਸਤ ਤੂਫਾਨ ਦੀ ਤਰ੍ਹਾਂ ਤੇਜ਼ੀ ਨਾਲ ਗੁਜ਼ਰ ਗਿਆ। 1000 ਸਾਲ ਬਾਅਦ ਮੈਂ ਫਿਰ ਉਸ ਪਵਿੱਤਰ ਪਹਾੜ ਤੇ ਚੜ੍ਹਿਆ ਅਤੇ ਰੱਬ ਨੂੰ ਅਰਦਾਸ ਕੀਤੀ, ਪਰਮ ਪਿਤਾ ਮੈਂ ਤੁਹਾਡੀ ਸ੍ਰਿਸ਼ਟੀ ਹਾਂ, ਤੁਸੀਂ ਮੈਨੂੰ ਮਿੱਟੀ ਤੋਂ ਪੈਦਾ ਕੀਤਾ ਹੈ ਅਤੇ ਮੇਰੇ ਕੋਲ ਜੋ ਕੁਝ ਹੈ ਸਭ ਤੁਹਾਡੀ ਹੀ ਦੇਣ ਹੈ। ਪਰ ਰੱਬ ਨੇ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ ਅਤੇ ਉਹ 1000 ਪੰਛੀਆਂ ਦੀ ਡਾਰ ਦੀ ਤਰ੍ਹਾਂ ਤੇਜ਼ੀ ਨਾਲ ਨਿਕਲ ਗਿਆ। 1000 ਸਾਲ ਬਾਅਦ ਮੈਂ ਫਿਰ ਉਸ ਪਵਿੱਤਰ ਪਹਾੜ ਤੇ ਚੜ੍ਹਿਆ ਅਤੇ ਰੱਬ ਨੂੰ ਸੰਬੋਧਿਤ ਕਰਕੇ ਕਿਹਾ, ਹੇ ਪ੍ਰਭੂ ਮੈਂ ਤੁਹਾਡੀ ਔਲਾਦ ਹਾਂ, ਤੁਹਾਡੇ ਪ੍ਰੇਮ ਅਤੇ ਰਹਿਮ ਨੇ ਮੈਨੂੰ ਪੈਦਾ ਕੀਤਾ ਹੈ ਅਤੇ ਤੁਹਾਡੀ ਭਗਤੀ ਅਤੇ ਪ੍ਰੇਮ ਨਾਲ ਹੀ ਮੈਂ ਤੁਹਾਡੇ ਸਾਮਰਾਜ ਦਾ ਅਧਿਕਾਰੀ ਬਣਾਂਗਾ। ਲੇਕਿਨ ਰੱਬ ਨੇ ਕੋਈ ਜਵਾਬ ਨਾ ਦਿੱਤਾ ਅਤੇ ਇੱਕ ਅਜਿਹੇ ਕੋਹਰੇ ਦੀ ਤਰ੍ਹਾਂ ਜੋ ਬਹੁਤ ਦੂਰ ਪਹਾੜਾਂ ਤੇ ਛਾਇਆ ਰਹਿੰਦਾ ਹੈ ਨਿਕਲ ਗਿਆ। 1000 ਸਾਲ ਬਾਅਦ ਮੈਂ ਫਿਰ ਉਸ ਪਵਿੱਤਰ ਪਹਾੜ ਤੇ ਚੜ੍ਹਿਆ ਅਤੇ ਰੱਬ ਨੂੰ ਸੰਬੋਧਿਤ ਕਰਕੇ ਕਿਹਾ, ਮੇਰੇ ਮਾਲਕ ਤੂੰ ਮੇਰਾ ਉਦੇਸ਼ ਹੈ ਅਤੇ ਤੂੰ ਹੀ ਮੇਰੀ ਪਰਿਪੂਰਨਤਾ ਹੈ, ਮੈਂ ਤੁਹਾਡਾ ਬੀਤਿਆ ਹੋਇਆ ਕਾਲ ਅਤੇ ਤੂੰ ਮੇਰਾ ਭਵਿੱਖ ਹੈ, ਮੈਂ ਤੁਹਾਡਾ ਮੂਲ ਹਾਂ ਅਤੇ ਤੂੰ ਆਕਾਸ਼ ਵਿੱਚ ਮੇਰਾ ਫੁੱਲ ਹੈ, ਅਸੀਂ ਦੋਨੇ ਇਕੱਠੇ ਸੂਰਜ ਦੇ ਪ੍ਰਕਾਸ਼ ਵਿੱਚ ਪਣਪਦੇ ਹਾਂ। ਤਦ ਰੱਬ ਮੇਰੀ ਤਰਫ ਝੁਕਿਆ ਅਤੇ ਮੇਰੇ ਕੰਨਾਂ ਵਿੱਚ ਆਹਿਸਤਾ ਤੋਂ ਮਿੱਠੇ ਸ਼ਬਦ ਕਹੇ ਅਤੇ ਜਿਸ ਤਰ੍ਹਾਂ ਸਮੁੰਦਰ ਆਪਣੀ ਤਰਫ ਭੱਜੀ ਆਉਂਦੀ ਨਦੀ ਨੂੰ ਛਾਤੀ ਨਾਲ ਲਗਾ ਲੈਂਦਾ ਹੈ, ਉਸੀ ਤਰ੍ਹਾਂ ਉਸਨੇ ਮੈਨੂੰ ਸੀਨੇ ਨਾਲ ਚਮੇੜ ਲਿਆ ਅਤੇ ਜਦੋਂ ਮੈਂ ਪਹਾੜਾਂ ਤੋਂ ਉਤਰ ਕੇ ਮੈਦਾਨਾਂ ਅਤੇ ਘਾਟੀਆਂ ਵਿੱਚ ਆਇਆ ਤਾਂ ਮੈਂ ਰੱਬ ਨੂੰ ਉੱਥੇ ਵੀ ਮੌਜੂਦ ਪਾਇਆ। ਸੋ ਇਹ ਵੀ ਉਹਨਾਂ ਦੀ ਇੱਕ ਛੋਟੀ ਜਿਹੀ ਕਹਾਣੀ ਹੈ। ਆਖਰੀ ਤੇ ਤੀਸਰੀ ਉਹਨਾਂ ਦੀ ਕਹਾਣੀ ਵੀ ਸੁਣੋ, ਜਿਸ ਦਾ ਪੰਜਾਬੀ 'ਚ ਨਾਮ ਹੈ ਲਾਲਸਾ। 3 ਆਦਮੀ ਇੱਕ ਸ਼ਰਾਬਖਾਨੇ ਦੀ ਮੇਜ਼ ਉੱਤੇ ਮਿਲੇ, ਇੱਕ ਜੁਲਾਹਾ, ਦੂਜਾ ਤਰਖਾਣ ਅਤੇ ਤੀਜਾ ਇੱਕ ਕਿਸਾਨ ਸੀ। ਜੁਲਾਹੇ ਨੇ ਕਿਹਾ, ਮੈਂ ਅੱਜ ਇੱਕ ਵਧੀਆ ਲੀਲਨ ਦਾ ਕਫਨ ਸੋਨੇ ਦੀਆਂ 2 ਮੋਹਰਾਂ 'ਚ ਵੇਚਿਆ ਹੈ, ਆਓ ਜਿੰਨਾ ਜੀ ਕਰਦਾ ਸ਼ਰਾਬ ਪੀਏ। ਤਰਖਾਣ ਨੇ ਕਿਹਾ, ਮੈਂ ਆਪਣਾ ਵਧੀਆ ਤਾਬੂਤ ਵੇਚਿਆ ਹੈ, ਅਸੀਂ ਬਹੁਤ ਸਾਰਾ ਭੁੱਜਾ ਹੋਇਆ ਗੋਸ਼ਤ ਖਾਵਾਂਗੇ ਸ਼ਰਾਬ ਨਾਲ। ਕਿਸਾਨ ਬੋਲਿਆ, ਮੈਂ ਕੇਵਲ 1 ਕਬਰ ਹੀ ਪੁੱਟੀ ਹੈ, ਪਰ ਮੇਰੇ ਮਾਲਕ ਨੇ ਮੈਨੂੰ 2 ਪੈਸੇ ਦਿੱਤੇ, ਆਓ ਅਸੀਂ ਸ਼ਹਿਦ ਦੇ ਕੇਕ ਵੀ ਲਈਏ।
उस शाम शराबखाने विच बहुत विक्री हुई क्योंकि वह वार वार शराब गोश्त मंगदे अते प्रसन्न होंदे रहे। शराबखाने दे मालक ने अपने हाथ मले अते अपनी पत्नी नूं देख के मुस्कुराया क्योंकि उसके ग्राहक खुल के खर्च कर रहे सन। वह तिने जदों शराबखाने विचों निकले चन्न सिखर ते सी, वह इकट्ठे गाउंदे ते किलकारियां मारदे सड़क उत्ते जा रहे सन। शराबखाने दा मालक ते उहदी पत्नी दरवाजे उत्ते खड़े उन्हां नूं जांदे हुए देखदे रहे। पत्नी ने कहा, बल्ले ਇਹ ਸ਼ਰੀਫ ਆਦਮੀ ਕਿੰਨੇ ਜ਼ਿੰਦਾ ਦਿਲ ਨੇ, ਕਿੰਨਾ ਖੁੱਲ੍ਹਾ ਹੱਥ ਹੈ। ਜੇਕਰ ਇਹੋ ਜਿਹੇ ਰੋਜ਼ ਸਾਡੀ ਕਿਸਮਤ ਸੰਵਾਰਦੇ ਰਹੇ ਤਾਂ ਸਾਡੇ ਪੁੱਤਰ ਨੂੰ ਸ਼ਰਾਬਖਾਨਾ ਚਲਾਉਣ ਦੀ ਲੋੜ ਨਹੀਂ ਪਵੇਗੀ ਅਤੇ ਨਾ ਹੀ ਸਖ਼ਤ ਕੰਮ ਕਰਨ ਦੀ। ਅਸੀਂ ਉਸਨੂੰ ਪੜ੍ਹਾ ਸਕਾਂਗੇ ਅਤੇ ਉਹ ਪਾਦਰੀ ਬਣ ਸਕੇਗਾ। ਸੋ ਇਹ ਤਿੰਨ ਕਹਾਣੀਆਂ ਲਿਬਨਾਨ ਦੇ ਜੰਮਪਲ ਮਹਾਨ ਪ੍ਰਸਿੱਧ ਸਾਹਿਤਕਾਰ ਖਲੀਲ ਜਿਬਰਾਨ ਦੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ। ਉਮੀਦ ਕਰਦਾ ਹਾਂ ਤੁਸੀਂ ਇਹਨਾਂ ਦੇ ਵਿਚਲੀ ਗਹਿਰਾਈ ਨੂੰ, ਖਾਸ ਕਰਕੇ ਆਖਰੀ ਕਹਾਣੀ ਦੀ ਗਹਿਰਾਈ ਨੂੰ ਸਮਝ ਸਕੇ ਹੋਵੋਗੇ, ਇਹਨਾਂ ਦਾ ਪੂਰਾ ਆਨੰਦ ਲਿਆ ਹੋਵੇਗਾ। ਸੋ ਤੁਹਾਡਾ ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ, ਕਹਾਣੀਆਂ ਸੁਣਨ ਵਾਸਤੇ। ਸੋ ਚੈਨਲ 'ਤੇ ਜੇ ਨਵੇਂ ਹੋ ਇਸ ਨੂੰ ਸਬਸਕ੍ਰਾਈਬ ਕਰ ਲੈਣਾ, ਬਿਲਕੁਲ ਨਾ ਭੁੱਲਣਾ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਡੇ ਨਾਲ ਇਸ ਤਰ੍ਹਾਂ ਹੀ ਮੈਂ ਸੰਸਾਰ ਭਰ ਦੇ ਸਾਹਿਤ ਦੀਆਂ ਪੰਜਾਬੀ ਵਿੱਚ ਅਨੁਵਾਦ ਮਿਆਰੀ ਲਿਖਤਾਂ ਸਾਂਝੀਆਂ ਕਰਦਾ ਰਹਾਂ। ਬਹੁਤ ਬਹੁਤ ਧੰਨਵਾਦ ਜੀ।